5 ਸਾਲਾਂ ਦੀ ਉਮਰ ਦੇ ਵਿੱਚ 6 ਪੈਕ ਐਬਸ, ਦਿਨ ਵਿੱਚ ਕਰੀਬ 10 ਘੰਟੇ ਟ੍ਰੇਨਿੰਗ ਅਤੇ ਅੱਖਾਂ 'ਚ ਯੂਥ ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤਣ ਦਾ ਖੁਆਬ। ਇਹ ਹੈ 11 ਸਾਲ ਦੀ ਪੂਜਾ ਬਿਸ਼ਨੋਈ, ਜੋ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਮੈਂ ਸਵੇਰ 3 ਵਜੇ ਉੱਠਦੀ ਹਾਂ, 3 ਵਜੇ ਸੇ 7 ਵਜੇ ਤੱਕ ਮੈਂ ਪ੍ਰੈਕਟਿਸ ਕਰਤੀ ਹੂੰ, ਫਿਰ ਮੈਂ ਸਕੂਲ ਜਾਤੀ ਹੂੰ, ਫਿਰ ਮੈਂ ਵਾਪਸ ਆਤੀ ਹੂੰ 2 ਵਜੇ, ਫਿਰ ਮੈਂ ਰੈਸਟ ਲੇਤੀ ਹੂੰ, ਫਿਰ ਮੈਂ ਸ਼ਾਮ ਕੋ 4 ਸੇ 8 ਵਜੇ 9 ਵਜੇ ਤੱਕ ਪ੍ਰੈਕਟਿਸ ਕਰਤੀ ਹੂੰ। ਮੇਰਾ ਯਹੀ ਟਾਰਗੇਟ ਹੈ ਕਿ ਮੈਂ ਜੋ ਯੂਥ ਓਲੰਪਿਕ ਹੈ ਉਸਮੇ ਮੈਂ ਖੇਲਣਾ ਚਾਹਤੀ ਹੂੰ, ਉਸਮੇ ਮੈਂ ਗੋਲਡ ਮੈਡਲ ਜਿੱਤਣਾ ਚਾਹਤੀ ਹੂੰ। ਪੂਜਾ 6ਵੀਂ ਕਲਾਸ ਦੇ ਵਿੱਚ ਪੜ੍ਹ ਰਹੀ ਹੈ ਅਤੇ ਉਹਨਾਂ ਦੇ ਪਿਤਾ ਕਿਸਾਨ ਨੇ। ਇੱਕ ਦੌੜਾਕ ਬਣਨ ਦੀ ਲਲਕ ਉਹਨਾਂ ਦੇ ਅੰਦਰ ਉਹਨਾਂ ਦੇ ਮਾਮਾ ਨੇ ਜਗਾਈ। ਮਾਮਾ ਵੀ ਐਥਲੀਟ ਬਣਨਾ ਚਾਹੁੰਦੇ ਸੀ, ਪਰ ਉਹਨਾਂ ਦਾ ਸੁਪਨਾ ਪੂਰਾ ਨਾ ਹੋ ਸਕਿਆ। ਪੂਜਾ 3 ਸਾਲਾਂ ਦੀ ਉਮਰ ਤੋਂ ਹੀ ਟ੍ਰੇਨਿੰਗ ਲੈ ਰਹੀ ਹੈ। ਘਰ ਵਾਲੇ ਬਸ ਜੋ ਮੁਝੇ ਹੈਲਪ ਚਾਹੀਏ ਉਹ ਦੇਤੇ ਹੈ, ਔਰ ਜੋ ਵੀ ਮੁਝੇ ਡਾਇਟ ਕੀ ਯਾ ਮੁਝੇ ਵੋ ਚਾਹੀਏ ਤੋ ਵੋ ਦੇਤੇ ਹੈ, ਔਰ ਬਾਕੀ ਮੇਰੇ ਮਾਮੂ ਹੈ ਵੋ ਮੁਝੇ ਸਪੋਰਟ ਕਰਤੇ ਹੈ ਪ੍ਰੈਕਟਿਸ ਮੈਂ, ਵੋ ਮੁਝੇ ਹਾਰਡ ਵਰਕਿੰਗ ਕਰਾਤੇ ਹੈ। ਮੈਂ ਬਸ ਯੇ ਸਭ ਦਿਮਾਗ ਮੈਂ ਨਹੀਂ, ਬਸ ਮੁਝੇ ਹਾਰਡ ਵਰਕਿੰਗ ਕਰਤੀ ਹੂੰ, ਔਰ ਮੇਰੇ ਮਾਮੂ ਹੈ ਵੋ ਮੁਝੇ ਕਰਵਾਤੇ ਹੈ। ਉਸਕੇ ਉੱਪਰ ਮੁਝੇ 24 ਘੰਟੇ ਦੇਣੇ ਪੜਤੇ ਹੈ, ਮੇਰਾ ਕਾਲਜ, ਮੇਰਾ ਕੈਰੀਅਰ, ਸਭ ਕੁਛ ਪੂਜਾ ਹੀ ਹੈ। ਕਿਉਂਕਿ ਅਗਰ ਪੂਜਾ ਇੱਕ ਚਿੰਗਾਰੀ ਹੋਤੀ ਹੈ, ਲੜਕੀ ਅਗਰ ਹਿੰਦੁਸਤਾਨ ਕੇ ਲੀਏ ਗੋਲਡ ਲੈ ਕੇ ਆਏ, ਵੋ 24 ਘੰਟੇ ਉਸਕੇ ਉੱਪਰ ਮੈਂ ਫੋਕਸ ਕਰੂੰ, ਤੋ ਮੈਂ ਮੇਰਾ ਇਹ ਮਾਨਨਾ ਹੈ ਕਿ ਅਗਰ ਮੇਰੀ ਇੱਕ ਕੁਰਬਾਨੀ ਕੀ ਵਜ੍ਹਾ ਸੇ ਹਜ਼ਾਰੋਂ ਬੱਚੇ ਹੈ ਵੋ ਮਤਲਬ ਘਰੋਂ ਸੇ ਬਾਹਰ ਨਿਕਲੇਗੀ, ਖੇਲਣੇ ਨਿਕਲੇਗੀ, ਕਿਉਂਕਿ ਲੜਕੀਓ ਪੇ ਰਾਜਸਥਾਨ ਕੇ ਸਾਈਡ ਮੈਂ ਬਹੁਤ ਹੀ ਜ਼ਿਆਦਾ ਪਾਬੰਦੀਆਂ ਹੋਤੀ ਹੈ। ਪੂਜਾ ਮੰਨਦੇ ਨੇ ਕਿ ਅੱਗੇ ਵਧਣ ਦੇ ਲਈ ਸਿੱਦਕ ਜ਼ਰੂਰੀ ਹੈ। ਉਹ ਕ੍ਰਿਕਟਰ ਵਿਰਾਟ ਕੋਹਲੀ ਦੀ ਫੈਨ ਹੈ ਅਤੇ ਉਹ ਉਹਨਾਂ ਨੂੰ ਪਾਕਿਟ ਰੋਕਟ ਕਹਿ ਕੇ ਬੁਲਾਉਂਦੇ ਨੇ। ਵਿਰਾਟ ਕੋਹਲੀ ਦੀ ਸੰਸਥਾ ਵੀ ਪੂਜਾ ਦੀ ਮਦਦ ਕਰ ਰਹੀ ਹੈ। ਜੋ ਬੱਚੇ ਹੈ ਵੋ ਸਭ ਬਾਹਰ ਕਾ ਖਾਤੇ ਹੈ, ਬਟ ਮੈਂ ਇਹ ਸਭ ਨਹੀਂ, ਕਿਉਂਕਿ ਮੁਝੇ ਆਗੇ ਬੜਨਾ ਹੈ, ਇਸ ਲਈ ਮੈਂ ਇਹ ਸਭ ਛੋੜ ਦੇਤੀ ਹੂੰ, ਔਰ ਮੈਂ ਕਭੀ ਬੱਚੋਂ ਕੇ ਸਾਥ ਨਹੀਂ ਖੇਲਤੀ, ਕਿਉਂਕਿ ਜੋ ਮੇਰਾ ਕਾਮ ਹੋਤਾ ਹੈ ਵੋ ਕਰਤੀ ਰਹਿਤੀ ਹੂੰ, ਔਰ ਜਬ ਮੈਂ ਬੜੀ ਸੈਲੀਬ੍ਰਿਟੀ ਸੇ ਮਿਲਤੀ ਹੂੰ ਤਬ ਮੁਝੇ ਬਹੁਤ ਹੀ ਅੱਛਾ ਲੱਗਤਾ ਹੈ, ਔਰ ਮੈਂ ਸੋਚਤੀ ਹੂੰ ਕਿ ਮੁਝੇ ਔਰ ਜ਼ਿਆਦਾ ਹਾਰਡ ਵਰਕਿੰਗ ਕਰਨਾ ਹੈ ਔਰ ਇਨਕੇ ਜੈਸਾ ਬਣਨਾ ਹੈ। ਹਾਲਾਂਕਿ ਪੂਜਾ ਦੇ ਨਾਮ ਕੋਈ ਵੱਡਾ ਰਿਕਾਰਡ ਨਹੀਂ ਹੈ, ਪਰ ਮਾਂ ਦਾ ਸੁਪਨਾ ਹੈ ਕਿ ਪੂਜਾ ਉਹਨਾਂ ਦਾ ਸੁਪਨਾ ਪੂਰਾ ਕਰੇਗੀ। ਪੂਜਾ ਕਾ ਸੁਪਨਾ ਹੈ ਗੋਲਡ ਮੈਡਲ ਜਿੱਤਣੇ ਕਾ, ਔਰ ਉਸਕਾ ਸੁਪਨਾ ਜ਼ਰੂਰ ਸਫਲ ਹੋਏਗਾ, ਔਰ ਉਸ ਸੁਪਨੇ ਕੇ ਲੀਏ ਬਹੁਤ ਮਿਹਨਤ ਕਰ ਰਹੀ ਹੈ, ਔਰ ਮੁਝੇ ਮੇਰੀ ਬੇਟੀ ਪਰ ਬਹੁਤ ਗਰਵ ਹੈ